ਨੰਬਰਦਾਰ ਵੀ ਹੁਣ ਸੜਕਾਂ ਤੇ ਉਤਰੇ ਹੋਏ ਨੇ, ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਰੈਲੀਆਂ ਕਰ ਰਹੇ ਹੋ, ਇਹਦਾ ਕੀ ਕਾਰਨ ਹੈ? ਹੁਣ ਜਦ ਇੱਕ ਨੰਬਰਦਾਰ ਦੀ ਡੈਥ ਹੋ ਜਾਂਦੀ ਆ, ਉਹਦਾ ਹਜੇ ਭੋਗ ਵੀ ਨਹੀਂ ਪਿਆ ਹੁੰਦਾ ਤੇ ਪਿੰਡਾਂ ਦੇ ਵਿੱਚ ਪੰਜ ਚਾਰ ਜਿਹੜੇ ਹੈਗੇ ਆ ਨੰਬਰਦਾਰ ਲੈਣ ਦੇ ਚਾਹਵਾਨ ਜਿਹੜੇ ਖੜੇ ਹੋ ਜਾਂਦੇ ਨੇ। ਤੇ ਹੁੰਦਾ ਉਹੀ ਆ ਜੋ ਮੌਕੇ ਦੀ ਸਰਕਾਰ ਦੇ MLA ਜਾਂ ਹਲਕਾ ਇੰਚਾਰਜ ਜੋ ਕਹਿੰਦੇ ਨੇ, ਉਹ ਜਿਸ ਦੀ ਸਿਫਾਰਿਸ਼ ਕਰਦੇ ਨੇ ਤੇ ਉਹਨਾਂ ਨੂੰ ਨੰਬਰਦਾਰ ਬਣਾ ਦਿੱਤਾ ਜਾਂਦਾ। ਸਾਡੀ ਇਹੀ ਸਰਕਾਰ ਨਾਲ ਹੋਣ ਵਾਲੀ ਨਾ ਜਾਂ ਪਹਿਲਾਂ ਵਾਲੀਆਂ ਨਾਲ ਸਾਡਾ ਇਹੀ ਚੱਲ ਰਿਹਾ ਵੀ ਜਿਹੜੀ ਨੰਬਰਦਾਰੀ ਉਹ ਪਰਿਵਾਰ ਦੇ ਵਿੱਚ ਦਿੱਤੀ। ਪਰ ਕੁਝ ਲੋਕਾਂ ਨੇ ਤਾਂ ਨੰਬਰਦਾਰੀ ਨੂੰ ਧੰਦਾ ਵੀ ਬਣਾ ਲਿਆ। ਨੰਬਰਦਾਰੀ ਦਾ ਪੈਸਾ ਲੈ ਰਹੇ ਨੇ, ਉਹ ਨਹੀਂ ਲੈਣਾ ਚਾਹੀਦਾ। ਫਰੀਦਕੋਟ ਦੇ ਵਿੱਚ ਖਬਰ ਆਉਂਦੀ ਹੈ ਕਿ ਹੋਰ ਮਤਲਬ ਪ੍ਰਵਾਸੀ ਮਜ਼ਦੂਰ ਕਹਿ ਲਈਏ ਜਾਂ ਪੰਜਾਬ ਤੋਂ ਬਾਹਰਲਾ ਬੰਦਾ ਨੰਬਰਦਾਰ ਬਣ ਗਿਆ, ਇਹ ਕਿਵੇਂ ਪੋਸੀਬਲ ਹੋ ਗਿਆ? ਸਿਆਸੀ ਲੋਕ ਆ ਜੀ ਜੋ ਆਪਣਾ ਵੋਟ ਬੈਂਕ ਪੱਕਾ ਕਰ ਲਈ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਬਣਾ ਦਿਓ। ਤੁਹਾਨੂੰ ਕਿਉਂ ਲੱਗਦਾ ਕਿ ਨੰਬਰਦਾਰੀ ਪਰਿਵਾਰ 'ਚ ਹੀ ਹੋ ਗਈ? 15-15, 20-20 ਸਾਲ ਜਿਹੜੇ ਸਾਡੇ ਕੇਸ ਚੱਲੀ ਜਾਂਦੇ ਨੇ, ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਹੁੰਦੀਆਂ ਵਾ, ਲੜਾਈਆਂ ਹੁੰਦੀਆਂ, ਝਗੜੇ ਹੁੰਦੇ ਨੇ। ਫਿਰ ਜਿਹੜੇ ਬੰਦੇ ਕਈਆਂ ਬੰਦਿਆਂ ਨੂੰ ਜਿਨ੍ਹਾਂ ਨੂੰ ਨੰਬਰਦਾਰੀ ਬਾਰੇ ਬਿਲਕੁਲ ਗਿਆਨ ਨਹੀਂ ਹੁੰਦਾ, ਉਹ ਅੱਗੇ ਆ ਜਾਂਦੇ ਆ। ਜਦ ਉਹ ਅੱਗੇ ਆਉਂਦੇ ਆ ਤਾਂ ਉਹ ਗਲਤ ਕੰਮ ਕਰਦੇ ਆ, ਕਰਪਸ਼ਨ ਕਰਦੇ ਆ, ਉਹਦੇ ਕਰਕੇ ਜਿਹੜਾ ਸਮੁੱਚਾ ਨੰਬਰਦਾਰ ਤਬਕਾ ਉਹਦਾ ਨਾਂ ਬਦਨਾਮ। ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਸਰਕਾਰ ਦੇ ਨਾਲ, ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਮੀਟਿੰਗ ਮਿਲ ਜਾਂਦੀ ਹੈ, ਕੋਈ ਮੰਗ ਮੰਨਣ ਦਾ ਭਰੋਸਾ ਮਿਲਿਆ ਪਿਛਲੇ ਸਮੇਂ 'ਚ ਜਾਂ ਹੁਣ? ਮੀਟਿੰਗਾਂ ਤਾਂ ਸਾਡੀਆਂ ਪਹਿਲੀਆਂ ਸਰਕਾਰਾਂ ਨਾਲ ਵੀ ਹੁੰਦੀਆਂ ਰਹੀਆਂ ਜੀ, ਹੁਣ ਵੀ ਹੁੰਦੀਆਂ ਰਹੀਆਂ, ਪਰ ਸਾਨੂੰ ਇੱਕ ਸਵਾਏ ਭਰੋਸੇ ਦੇ ਕੁਛ ਨਹੀਂ ਮਿਲਦਾ ਜੀ। ਅੱਛਾ, ਸਰਕਾਰ ਜਿਹੜੀ ਆ ਉਹ ਮਾਣ ਭੱਤਾ ਵੀ ਦਿੰਦੀ ਹੈ, ਕਿੰਨਾ ਮਾਣ ਭੱਤਾ ਹੈ ਨੰਬਰਦਾਰਾਂ ਦਾ? ਮਾਣ ਭੱਤਾ ਵੀ ਜੀ ਸਾਨੂੰ ਬਿਲਕੁਲ 1,500,000 ਰੁਪਈਆ ਜਿਹੜਾ ਮਿਲਦਾ ਜੀ। ਸਾਡੀ ਸਰਕਾਰ ਨਾਲ ਇਹ ਵੀ ਗੱਲ ਚੱਲ ਰਹੀ ਆ ਵੀ ਘੱਟ ਤੋਂ ਘੱਟ ਜਿਹੜਾ ਸਾਡਾ ਮਾਣ ਭੱਤਾ ਉਹਨੂੰ 5,000 ਕੀਤਾ ਜਾਵੇ। ਪਹਿਲਾਂ ਅਲੰਬਰਦਾਰ ਸੀਗੇ, ਫਿਰ ਲੰਬੜਦਾਰ ਬਣ ਗਏ, ਫਿਰ ਨੰਬਰਦਾਰ ਬਣ ਗਏ, ਇਹ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ, ਇਹ ਕਿਵੇਂ ਹੋ ਗਏ? ਲੰਬਰਦਾਰ ਦਾ ਮਤਲਬ ਪਿੰਡ ਦਾ ਆਲਾ ਮੁਖੀ, ਜਿਹੜੀਆਂ ਉਹ ਜ਼ਮੀਨਾਂ ਸੀ ਜਾਂ ਉਹ ਨਹਿਰਾਂ ਕੱਢੀਆਂ ਉਹਨਾਂ ਦੇ ਰੱਖ ਰਖਾਅ ਲਈ ਜਿਹੜਾ ਖਰਚਾ ਸੀਗਾ, ਉਹ ਆਮਦਨ ਘੱਟ ਹੋਣ ਦੇ ਕਾਰਨ ਜਿਹੜੇ ਉਹ ਬੰਦੇ ਰੱਖੇ ਸੀ ਸਰਕਾਰ ਨੇ, ਉਹ ਬੰਦੇ ਜਦੋਂ ਪੈਸੇ ਲੈਣ ਆਉਂਦੇ ਸੀਗੇ ਪਿੰਡਾਂ ਦੇ ਕਿਸਾਨ ਭਰਾਵਾਂ ਤੋਂ, ਤਾਂ ਉਹ ਉਹਨਾਂ ਦੇ ਗਲ ਪੈ ਜਾਂਦੇ ਸੀ ਜਾਂ ਪਾਸਾ ਵੱਟ ਜਾਂਦੇ ਸੀ ਜਾਂ ਟਲ ਜਾਂਦੇ ਸੀ। ਮਤਲਬ ਇਸੇ ਕਰਕੇ ਕਹਿ ਦਿੱਤਾ ਜਾਂਦਾ ਵੀ ਸਵੇਰੇ ਸਵੇਰੇ ਜਿਹੜਾ ਨੰਬਰਦਾਰ ਹੈ ਮੱਥੇ ਲੱਗਣਾ ਮਾੜਾ ਹੈਗਾ। ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਸਾਡੇ ਕਿਸਾਨ ਭਰਾ ਸੀ ਜ਼ਮੀਨਾਂ ਤੋਂ ਆਮਦਨ ਘੱਟ ਹੁੰਦੀ ਸੀ, ਜਦ ਜਿਹੜੇ ਪਿੰਡਾਂ ਦੇ ਅਲੰਬਰਦਾਰ ਸੀ ਉਹ ਪੈਸੇ ਲੈਣ ਆਉਂਦੇ ਸੀ, ਤਾਂ ਉਹਨਾਂ ਨੂੰ ਲੋਕ ਕਹਿ ਦਿੰਦੇ ਸੀ ਵੀ ਕਿੱਥੋਂ ਕਿੱਥੋਂ ਸਵੇਰੇ ਮੱਥੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਨੰਬਰਦਾਰ ਆਪਣੇ ਆਪ ਦੇ ਵਿੱਚ ਵੱਡਾ ਨਾਂ ਵੀ ਹੈ ਅਤੇ ਪਿੰਡਾਂ ਦੇ ਵਿੱਚ ਕਦਰ ਵੀ ਬਹੁਤ ਹੈ, ਪਰ ਸਮੇਂ ਦੇ ਨਾਲ ਬਹੁਤ ਕੁਝ ਬਦਲਿਆ ਵੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਨੰਬਰਦਾਰਾਂ ਦੀ ਗੱਲ ਕਿਉਂ ਹੋ ਰਹੀ ਹੈ, ਕਿਉਂਕਿ ਅੱਜ ਸਾਡੇ ਨਾਲ ਨੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਜੀ। ਗਾਲਬ ਜੀ, ਸਵਾਗਤ ਹੈ ਪਹਿਲਾਂ ਤਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਗਾਲਬ ਜੀ, ਸਵਾਲ ਆਪਾਂ ਨੰਬਰਦਾਰ ਤੋਂ ਸ਼ੁਰੂ ਕਰਦੇ ਹਾਂ ਕਿ ਨੰਬਰਦਾਰ ਪਹਿਲਾਂ ਅਲੰਬਰਦਾਰ ਸੀਗੇ, ਫਿਰ ਲੰਬੜਦਾਰ ਬਣ ਗਏ, ਫਿਰ ਨੰਬਰਦਾਰ ਬਣ ਗਏ, ਇਹ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ, ਇਹ ਕਿਵੇਂ ਹੋ ਗਿਆ ਕਿ ਨੰਬਰਦਾਰ ਬਣ ਗਿਆ ਪਹਿਲਾਂ ਅਲੰਬੜਦਾਰ ਫਿਰ ਲੰਬੜਦਾਰ ਫਿਰ ਨੰਬਰਦਾਰ? ਵੀਰ ਜੀ, ਗੱਲ ਇਸ ਤਰ੍ਹਾਂ ਵੀ ਜਦ 1870-72 ਦੇ ਵਿੱਚ ਪੰਜਾਬ ਦੇ ਵਿੱਚ ਆਪੋਸ਼ੀ ਹੋਈ ਸੀ, ਭਾਵ ਜਿਹੜੀਆਂ ਬਰਾਨੀ ਜ਼ਮੀਨਾਂ ਸੀ ਉਹਨਾਂ ਜ਼ਮੀਨਾਂ ਨੂੰ ਸਿੰਚਾਈ ਕਰਨ ਲਈ ਪਾਣੀ ਦੇਣ ਲਈ ਜਦੋਂ ਨਹਿਰਾਂ ਕੱਢੀਆਂ ਗਈਆਂ ਸੀ, ਉਸ ਸਮੇਂ ਤੋਂ ਜਿਹੜਾ ਅਲੰਬਰਦਾਰ ਦੀ ਇੱਕ ਹੋਂਦ ਆਈ। ਅਲੰਬਰਦਾਰ ਦਾ ਮਤਲਬ ਪਿੰਡ ਦਾ ਆਲਾ ਮੁਖੀ, ਜਿਹੜੀਆਂ ਉਹ ਜ਼ਮੀਨਾਂ ਸੀ ਜਾਂ ਉਹ ਨਹਿਰਾਂ ਕੱਢੀਆਂ ਉਹਨਾਂ ਦੇ ਰੱਖ ਰਖਾਅ ਲਈ ਜਿਹੜਾ ਖਰਚਾ ਸੀਗਾ ਜਦ ਸਰਕਾਰ ਅਗਰਾਉਂਦੀ ਸੀ, ਤਾਂ ਉਹ ਜਿਹੜੇ ਬੰਦੇ ਰੱਖੇ ਸੀ ਨਵੈਦੇ ਸਰਕਾਰ ਨੇ, ਉਹ ਬੰਦਿਆਂ ਨੂੰ ਜਿਹੜੇ ਸਾਡੇ ਜ਼ਿਮੀਂਦਾਰ ਸੀਗੇ, ਕਿਉਂਕਿ ਉਸ ਟਾਈਮ ਜ਼ਮੀਨਾਂ ਤਾਂ ਖੁੱਲੀਆਂ ਸਨ ਪਰ ਉਹਨਾਂ ਤੋਂ ਆਮਦਨ ਘੱਟ ਸੀ, ਉਹ ਆਮਦਨ ਘੱਟ ਹੋਣ ਦੇ ਕਾਰਨ ਜਿਹੜੇ ਉਹ ਬੰਦੇ ਰੱਖੇ ਸੀ ਸਰਕਾਰ ਨੇ, ਉਹ ਬੰਦੇ ਜਦੋਂ ਪੈਸੇ ਲੈਣ ਆਉਂਦੇ ਸੀਗੇ ਪਿੰਡਾਂ ਦੇ ਕਿਸਾਨ ਭਰਾਵਾਂ ਤੋਂ, ਤਾਂ ਉਹ ਉਹਨਾਂ ਦੇ ਗਲ ਪੈ ਜਾਂਦੇ ਸੀ ਜਾਂ ਪਾਸਾ ਵੱਟ ਜਾਂਦੇ ਸੀ ਜਾਂ ਟਲ ਜਾਂਦੇ ਸੀ। ਮਤਲਬ ਇਸੇ ਕਰਕੇ ਕਹਿ ਦਿੱਤਾ ਜਾਂਦਾ ਵੀ ਸਵੇਰੇ ਸਵੇਰੇ ਜਿਹੜਾ ਨੰਬਰਦਾਰ ਹੈ ਮੱਥੇ ਲੱਗਣਾ ਮਾੜਾ ਹੈ। ਹਾਂਜੀ, ਬਿਲਕੁਲ ਜੀ ਵੀਰ ਜੀ, ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਸਾਡੇ ਕਿਸਾਨ ਭਰਾ ਸੀ ਜ਼ਮੀਨਾਂ ਤੋਂ ਆਮਦਨ ਘੱਟ ਹੁੰਦੀ ਸੀ, ਜਦ ਜਿਹੜੇ ਪਿੰਡਾਂ ਦੇ ਅਲੰਬਰਦਾਰ ਸੀ ਉਹ ਪੈਸੇ ਲੈਣ ਆਉਂਦੇ ਸੀ, ਤਾਂ ਉਹਨਾਂ ਨੂੰ ਲੋਕ ਕਹਿ ਦਿੰਦੇ ਸੀ ਵੀ ਕਿੱਥੋਂ ਕਿੱਥੋਂ ਸਵੇਰੇ ਮੱਥੇ। ਇਹ ਨਾਮ ਕਿਵੇਂ ਬਦਲ ਗਿਆ? ਇਹ ਨਾਮ ਜੀ, ਪਹਿਲਾਂ ਜਿਹੜਾ ਅਲੰਬਰਦਾਰ ਉਰਦੂ ਦਾ ਸ਼ਬਦ ਸੀਗਾ ਜੀ, ਪਿੰਡ ਦਾ ਆਲਾ ਮੁਖੀ। ਉਸ ਸਮੇਂ ਜਦੋਂ ਜਿਹੜੇ ਮੈਂ ਉੱਥੇ ਆ ਰਿਹਾ ਵੀ ਜਿਹੜੇ ਪਿੰਡ ਨਹਿਰਾਂ ਨਿਕਲੀਆਂ ਸੀ, ਜਿਹੜੇ ਉਹ ਨਹਿਰਾਂ ਦੇ ਰੱਖ ਰਖਾਅ ਲਈ ਬੰਦੇ ਰੱਖੇ ਸੀ, ਅਤੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਜਿਹੜਾ ਪੈਸੇ ਨਹੀਂ ਸੀ ਦਿੰਦੇ, ਉਸ ਸਮੇਂ ਜਿਹੜੀ ਫਿਰ ਸਰਕਾਰ ਨੇ ਇੱਕ ਮੀਟਿੰਗ ਕੀਤੀ, ਮੀਟਿੰਗ ਕਰਕੇ ਜਿਹੜੇ ਪਿੰਡਾਂ ਦੇ ਖਾਨਦਾਨੀ ਬੰਦੇ ਸੀ ਉਹਨਾਂ ਸਮਿਆਂ ਦੇ ਵਿੱਚ, ਜਿਨ੍ਹਾਂ ਦੇ ਦਰਵਾਜ਼ਿਆਂ ਦੇ ਵਿੱਚ 5-7 ਮੰਜੇ ਡਹਿੰਦੇ ਸੀ, ਪਿੰਡ ਦੇ ਮੋਹਤਵਾਰ ਬੰਦੇ ਸੀ, ਉਹਨਾਂ ਨੂੰ ਸਰਕਾਰ ਨੇ ਅਲੰਬਰਦਾਰ ਦਾ ਨਾਂ ਦੇ ਕੇ ਜਿਹੜਾ ਉਹਨਾਂ ਨੂੰ ਉਹ ਜਿਹੜੇ ਨਹਿਰਾਂ ਦੇ ਰੱਖ ਰਖਾਅ ਜਾਂ ਜਿੰਨੇ ਵੀ ਪਿੰਡਾਂ ਦੇ ਸਾਂਝੇ, ਇਹ ਅੰਗਰੇਜ਼ਾਂ ਦੇ ਸਮੇਂ ਦੀ ਗੱਲ, ਹਾਂ ਅੰਗਰੇਜ਼ਾਂ ਦੇ ਸਮੇਂ ਦੀ ਗੱਲ ਆ ਜੀ, ਉਹਨਾਂ ਨੂੰ ਮੋਢੀ ਬਣਾਇਆ ਸੀ, ਕਿਉਂਕਿ ਉਹ ਜਿਹੜੇ ਖਾਨਦਾਨੀ ਲੋਕ ਸੀਗੇ, ਮੋਹਤਵਾਰ ਸੀ ਪਿੰਡਾਂ ਦੇ, ਧੜੱਲੇਦਾਰ ਬੰਦੇ ਸੀ, ਉਹ ਜਾਂ ਤਾਂ ਜਿਹੜਾ ਉਹ ਖਰਚਾ ਸੀਗਾ ਆਪਦੀ ਜੇਬ ਦੇ ਵਿੱਚੋਂ ਭਰ ਦਿੰਦੇ ਸੀ, ਜਾਂ ਜਿਹੜੇ ਪਿੰਡਾਂ ਦੇ ਕਿਸਾਨ ਭਰਾ ਸੀ ਉਹ ਉਹਨਾਂ ਦੀ ਇੱਜ਼ਤ ਕਰਦੇ ਸੀ, ਉਹ ਉਹਨਾਂ ਨੂੰ ਉਹ ਜਿਹੜਾ ਮਾਲੀਆ ਦੇ ਦਿੰਦੇ।
ਠੀਕ ਹੈ ਉਸ ਸਮੇਂ ਤੋਂ ਜਿਹੜਾ ਇਹ ਅਲੰਬਰਦਾਰ ਪਿੰਡਾਂ ਦੇ ਰੱਖੇ ਸੀਗੇ ਪਰ ਹੌਲੀ ਹੌਲੀ ਸਮੇਂ ਦੇ ਨਾਲ ਇਹਦਾ ਨਾਂ ਚੇਂਜ ਹੁੰਦਾ ਗਿਆ ਜੀ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਨੰਬਰਦਾਰ ਕਹਿਣ ਲੱਗ ਗਏ ਅੱਛਾ ਜਿਸ ਢੰਗ ਦੇ ਨਾਲ ਸਮਾਂ ਬਦਲਿਆ ਤਾਂ ਹੁਣ ਜਿਹੜਾ ਮਾਹੌਲ ਹੈ ਕਿਉਂਕਿ ਨੰਬਰਦਾਰ ਤੱਕ ਕੰਮ ਲੋਕਾਂ ਨੂੰ ਬਹੁਤ ਪੈਂਦੇ ਨੇ ਜੇ ਕੋਈ ਗਵਾਹੀ ਪਾਉਣੀ ਹੈ ਜੇ ਕੋਈ ਪਾਸਪੋਰਟ ਦੀ ਇਨਕੁਆਇਰੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਜੇ ਕੋਈ ਰਜਿਸਟਰੀ ਕਰਾਉਣੀ ਹੈ ਤਾਂ ਨੰਬਰਦਾਰ ਕੋਲ ਜਾਣਾ ਪੈਂਦਾ ਹੈ ਤੇ ਨੰਬਰਦਾਰ ਵੀ ਹੁਣ ਸੜਕਾਂ ਤੇ ਉਤਰੇ ਹੋਏ ਨੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਰੈਲੀਆਂ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਦੇਖੋ ਵੀਰ ਜੀ ਜਿਹੜਾ ਅੱਜ ਤੋਂ 30 35 ਸਾਲ ਪਹਿਲਾਂ ਜਿਹੜੀ ਨੰਬਰਦਾਰ ਦੇ ਪਰਿਵਾਰ ਦੇ ਵਿੱਚ ਹੀ ਨੰਬਰਦਾਰ ਬਣਦਾ ਸੀਗਾ ਰੈਵਨਿਊ ਐਕਟ 1509 ਦੀ ਧਾਰਾ ਜਿਹੜੀ 15 ਸੀ ਉਹਦੇ ਵਿੱਚ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਰੱਖਿਆ ਗਿਆ ਠੀਕ ਹੈ ਪਰ ਥੋੜੇ ਜਿਹੇ ਪਿਛਲੇ 35 40 ਸਾਲਾਂ ਤੋਂ ਜਿਹੜਾ ਸਰਕਾਰ ਨੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਸਿਆਸੀ ਪੋਸਟ ਬਣਾ ਦਿੱਤਾ ਹੁਣ ਜਦ ਇੱਕ ਨੰਬਰਦਾਰ ਦੀ ਡੈਥ ਹੋ ਜਾਂਦੀ ਆ ਉਹਦਾ ਹਜੇ ਭੋਗ ਵੀ ਨਹੀਂ ਪਿਆ ਹੁੰਦਾ ਅਤੇ ਪਿੰਡਾਂ ਦੇ ਵਿੱਚ 5-4 ਜਿਹੜੇ ਹੈਗੇ ਆ ਨੰਬਰਦਾਰ ਲੈਣ ਦੇ ਚਾਹਵਾਨ ਜਿਹੜੇ ਖੜ੍ਹੇ ਹੋ ਜਾਂਦੇ ਨੇ ਅਤੇ ਹੁੰਦਾ ਉਹੀ ਆ ਜੋ ਮੌਕੇ ਦੀ ਸਰਕਾਰ ਦੇ MLA ਜਾਂ ਹਲਕਾ ਇੰਚਾਰਜ ਜੋ ਕਹਿੰਦੇ ਨੇ ਉਹ ਜਿਸ ਦੀ ਸਿਫਾਰਿਸ਼ ਕਰਦੇ ਨੇ ਅਤੇ ਉਹਨਾਂ ਨੂੰ ਨੰਬਰਦਾਰ ਬਣਾ ਦਿੱਤਾ ਜਾਂਦਾ ਸਾਡੀ ਇਹੀ ਸਰਕਾਰ ਨਾਲ ਹੋਣ ਵਾਲੀ ਨਾ ਜਾਂ ਪਹਿਲਾਂ ਵਾਲੀਆਂ ਨਾਲ ਸਾਡਾ ਇਹੀ ਚੱਲ ਰਿਹਾ ਵੀ ਜਿਹੜੀ ਨੰਬਰਦਾਰੀ ਉਹ ਪਰਿਵਾਰ ਦੇ ਵਿੱਚ ਹੀ ਦਿੱਤੀ ਇਹਦਾ ਕੀ ਕਾਰਨ ਤੁਹਾਨੂੰ ਕਿਉਂ ਲੱਗਦਾ ਕਿ ਨੰਬਰਦਾਰੀ ਪਰਿਵਾਰ 'ਚ ਹੀ ਹੋਵੇ ਇਹ ਦੇਖੋ ਵੀ ਇਸ ਤਰ੍ਹਾਂ ਗੱਲ ਆ ਜਦੋਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਟਸਲਬਾਜ਼ੀ ਹੋ ਜਾਂਦੀ ਆ ਇੱਕ ਬੰਦਾ ਉਹ ਪੈਸੇ ਦੇ ਜ਼ੋਰ 'ਤੇ ਜਾਂ ਉਹ ਅਫਸਰਸ਼ਾਹੀ ਦੇ ਜ਼ੋਰ 'ਤੇ ਜਿਹਨੂੰ ਨੰਬਰਦਾਰੀ ਦੇ ਬਾਰੇ ਬਿਲਕੁਲ ਪਤਾ ਨਹੀਂ ਹੁੰਦਾ ਉਹ ਅੱਗੇ ਆਉਂਦਾ ਬਾਅਦ ਦੇ ਵਿੱਚ ਪਿੰਡਾਂ ਦੇ ਵਿੱਚ ਦੇਖੋ ਸਾਡਾ ਜਿਹੜਾ ਕੇਸ ਆ ਪਹਿਲਾਂ SDM ਸਾਹਿਬ ਤੋਂ ਸ਼ੁਰੂ ਹੋ ਕੇ DC ਸਾਹਿਬ DC ਸਾਹਿਬ ਤੋਂ ਕਮਿਸ਼ਨਰ ਤੋਂ FCR ਤੋਂ ਹੁੰਦਾ ਹੋਇਆ ਹਾਈਕੋਰਟ ਇੱਥੋਂ ਤੱਕ ਕਿ ਸਾਡੇ ਜਿਹੜੇ ਕੇਸ ਹੁਣ ਸੁਪਰੀਮ ਕੋਰਟ ਤੱਕ ਵੀ ਚੱਲ ਰਹੇ ਨੇ 15-15, 20-20 ਸਾਲ ਜਿਹੜੇ ਸਾਡੇ ਕੇਸ ਚੱਲੀ ਜਾਂਦੇ ਨੇ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਹੁੰਦੀਆਂ ਵਾ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਨੇ ਫਿਰ ਜਿਹੜੇ ਬੰਦੇ ਕਈਆਂ ਬੰਦਿਆਂ ਨੂੰ ਜਿਨ੍ਹਾਂ ਨੂੰ ਨੰਬਰਦਾਰੀ ਬਾਰੇ ਬਿਲਕੁਲ ਗਿਆਨ ਨਹੀਂ ਹੁੰਦਾ ਉਹ ਅੱਗੇ ਆ ਜਾਂਦੇ ਆ ਜਦੋਂ ਅੱਗੇ ਆਉਂਦੇ ਆ ਤਾਂ ਉਹ ਗਲਤ ਕੰਮ ਕਰਦੇ ਆ ਕਰਪਸ਼ਨ ਕਰਦੇ ਆ ਉਹਦੇ ਕਰਕੇ ਜਿਹੜਾ ਸਮੁੱਚਾ ਨੰਬਰਦਾਰ ਤਬਕਾ ਉਹਦਾ ਨਾਂ ਬਦਨਾਮ ਹੁੰਦਾ ਜੀ ਅੱਛਾ ਜਿਸ ਢੰਗ ਦੇ ਨਾਲ ਦੇਖੋ ਐਲੀਗੇਸ਼ਨ ਇਹ ਵੀ ਨੇ ਇਲਜ਼ਾਮ ਨੇ ਕਿ ਨੰਬਰਦਾਰ ਹਰ ਕੰਮ ਦੇ ਪੈਸੇ ਲੈਣ ਲੱਗ ਗਏ ਹੁਣ ਤਾਂ ਤਹਿਸੀਲਾਂ ਦੇ ਵਿੱਚ ਵੀ ਨੰਬਰਦਾਰ ਬੈਠੇ ਹੁੰਦੇ ਨੇ ਉੱਥੋਂ ਹੀ ਗਵਾਹੀ ਪਵਾ ਲਓ ਉੱਥੋਂ ਹੀ ਪੈਸੇ ਦਿਓ ਅਤੇ ਦਿਹਾੜੀ ਉਹਨਾਂ ਦੀ ਉੱਥੇ ਹੀ ਬਣ ਜਾਂਦੀ ਹੈ ਇਹ ਸਾਰਾ ਕੁਝ ਕਦੋਂ ਤੋਂ ਹੋ ਗਿਆ ਅਤੇ ਤੁਸੀਂ ਇਹਨੂੰ ਕਿਵੇਂ ਸਮਝਦੇ ਹੋ ਦੇਖੋ ਜੀ ਮੈਂ ਇਹ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਸਾਡੇ ਕਈ ਭਰਾ ਜੋ ਲਾਲਚ ਬਸ ਇਹੋ ਜਿਹੇ ਕੰਮ ਕਰਦੇ ਆ ਪਰ ਇਹ ਨਹੀਂ ਹੋਣੇ ਚਾਹੀਦੇ ਸਾਡੀ ਜਿਹੜੀ ਨੰਬਰਦਾਰ ਐਸੋਸੀਏਸ਼ਨ ਗਾਲ ਵਾ ਅਸੀਂ ਤਕਰੀਬਨ ਇਹੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸਾਡੇ ਭਰਾ ਵਾ ਉਹ ਇਹੋ ਜਿਹਾ ਕੰਮ ਜਿਹੜੇ ਕਰਦੇ ਉਹਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਖੋ ਅਸੀਂ ਪਿੰਡਾਂ ਦੇ ਵਿੱਚ ਇਲੈਕਸ਼ਨ ਲੜਦੇ ਹਾਂ ਪੰਚ ਜਾਂ ਸਰਪੰਚ ਜਾਂ ਕੋਈ ਵੀ ਨੁਮਾਇੰਦਾ ਉਹ 5 ਸਾਲ ਹੀ ਚੁਣਿਆ ਜਾਂਦਾ ਅਤੇ ਸਾਡੀ ਜਿਹੜੀ ਨੰਬਰਦਾਰੀ ਆ ਤਕਰੀਬਨ ਇਹ ਜਿੰਨਾ ਟਾਈਮ ਸਾਡੀ ਉਮਰ ਆ ਚਾਹੇ ਉਹ 50 ਸਾਲ ਆ 60 ਸਾਲ ਆ 70 ਸਾਲ ਆ 80 ਸਾਲ ਆ ਅਸੀਂ ਉਨੇ ਟਾਈਮ ਲਈ ਸਦਾ ਨੰਬਰਦਾਰ ਹਾਂ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਅਸੀਂ ਵੀ ਆਪਦੇ ਜਿਹੜੇ ਸਾਡੇ ਨੰਬਰਦਾਰ ਆ ਉਹਨਾਂ ਨੂੰ ਅਸੀਂ ਇਹ ਸਮਝਾਉਂਦੇ ਹਾਂ ਇਹ ਨਹੀਂ ਹੋਣਾ ਚਾਹੀਦਾ ਇਹ ਗਲਤ ਆ ਪਰ ਕਈ ਬੰਦੇ ਕਰ ਰਹੇ ਨੇ ਅੱਛਾ ਸਰਕਾਰ ਜਿਹੜੀ ਆ ਉਹ ਮਾਣ ਭੱਤਾ ਵੀ ਦਿੰਦੀ ਹੈ ਕਿੰਨਾ ਮਾਣ ਭੱਤਾ ਹੈ ਨੰਬਰਦਾਰਾਂ ਦਾ ਮਾਣ ਭੱਤਾ ਵੀ ਜੀ ਸਾਨੂੰ ਬਿਲਕੁਲ 1,500,000 ਰੁਪਇਆ ਜਿਹੜਾ ਮਿਲਦਾ ਜੀ ਸਾਡੀ ਸਰਕਾਰ ਨਾਲ ਇਹ ਵੀ ਗੱਲ ਚੱਲ ਰਹੀ ਆ ਵੀ ਘੱਟ ਤੋਂ ਘੱਟ ਜਿਹੜਾ ਸਾਡਾ ਮਾਣ ਭੱਤਾ ਉਹਨੂੰ 5,000 ਕੀਤਾ ਜਾਵੇ ਕਿਉਂਕਿ ਨੰਬਰਦਾਰ ਨੂੰ ਆਪਦੀ ਜੇਬ ਦੇ ਵਿੱਚੋਂ ਖਰਚਾ ਕਰਕੇ ਕਈ ਵਾਰ ਸਾਨੂੰ 50-50 ਕਿਲੋਮੀਟਰ ਦੂਰ ਜਾ ਕੇ ਲੋਕਾਂ ਦੇ ਕੰਮ ਧੰਦਿਆਂ ਦੇ ਲਈ ਜਾਣਾ ਆਉਣਾ ਪੈਂਦਾ ਪਿੰਡਾਂ ਦੇ ਸਾਂਝੇ ਕੰਮਾਂ ਦੇ ਵਿੱਚ ਵੀ ਵਿਚਰਨਾ ਪੈਂਦਾ ਆਪਦਾ ਟਾਈਮ ਵੀ ਛੱਡਣਾ ਪੈਂਦਾ ਅਤੇ ਹੋਰ ਵੀ ਜਿਹੜਾ ਸਾਨੂੰ ਸਮਾਂ ਵੀ ਬਰਬਾਦ ਹੁੰਦਾ ਜੇਬ 'ਚੋਂ ਪੈਸਾ ਵੀ ਖਰਚਣਾ ਪੈਂਦਾ ਅਤੇ ਸਾਨੂੰ ਇਹ ਵੀ ਘੱਟ ਤੋਂ ਘੱਟ 5,000 ਜਿਹੜਾ ਸਾਡਾ ਮਾਣ ਭੱਤਾ ਸਰਕਾਰਾਂ ਸਾਨੂੰ ਕਹਿ ਦਿੰਦੀਆਂ ਪਹਿਲੀਆਂ ਵੀ ਹੋਣ ਵਾਲੀਆਂ ਵੀ ਪਰ ਇਹ ਕਾਰਨ ਨਹੀਂ ਰਿਹਾ ਵੀ 5,000 ਨਾਲ ਮਾਣ ਭੱਤਾ ਹੋਣਾ ਚਾਹੀਦਾ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਸਰਕਾਰ ਦੇ ਨਾਲ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਮੀਟਿੰਗ ਮਿਲ ਜਾਂਦੀ ਹੈ ਕੋਈ ਮੰਗ ਮੰਨਣ ਦਾ ਭਰੋਸਾ ਮਿਲਿਆ ਪਿਛਲੇ ਸਮੇਂ 'ਚ ਜਾਂ ਹੁਣ ਮੀਟਿੰਗਾਂ ਤਾਂ ਸਾਡੀਆਂ ਪਹਿਲੀਆਂ ਸਰਕਾਰਾਂ ਨਾਲ ਵੀ ਹੁੰਦੀਆਂ ਰਹੀਆਂ ਜੀ ਹੁਣ ਵੀ ਹੁੰਦੀਆਂ ਰਹੀਆਂ ਪਰ ਸਾਨੂੰ ਇੱਕ ਸਵਾਏ ਭਰੋਸੇ ਦੇ ਕੁਛ ਨਹੀਂ ਮਿਲਦਾ ਜੀ ਅਸੀਂ 2 ਅਗਸਤ ਨੂੰ ਪਟਿਆਲੇ ਦੇ ਵਿੱਚ ਜਦ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਅਸੀਂ ਬੜਾ ਵੱਡਾ ਇਕੱਠ ਕੀਤਾ ਸੀ ਸਮੁੱਚੇ ਪੰਜਾਬ ਦੇ ਨੰਬਰਦਾਰ ਸਾਹਿਬਾਨਾਂ ਨੂੰ ਲੈ ਕੇ ਉੱਥੇ ਸਾਡੀ ਬਾਅਦ ਦੇ ਵਿੱਚ 23 ਅਗਸਤ ਨੂੰ ਜਿਹੜੇ ਮੁੱਖ ਮੰਤਰੀ ਉਸ ਸਮੇਂ ਦੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਿਹੜੇ CPSC ਸ੍ਰੇਸ਼ ਅਰੋੜਾ ਜੀ ਉਹਨਾਂ ਨਾਲ ਸਾਡੀ ਸੋਰੀ ਸ੍ਰੇਸ਼ ਕੁਮਾਰ ਜੀ ਨਾਲ ਗੱਲਬਾਤ ਹੋਈ ਉਹਦੇ ਵਿੱਚ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਤੁਹਾਡੀ ਜਿਹੜੀ ਜੱਦੀ ਪੁਸ਼ਤੀ ਨੰਬਰਦਾਰੀ ਵੀ ਅਸੀਂ ਸਰਕਾਰ ਨਾਲ ਗੱਲ ਕਰਦੇ ਹਾਂ ਅਤੇ ਸਾਰਾ ਕਰਕੇ ਜਿਹੜੀ ਹੈਗੀ ਤੁਹਾਡੀ ਨੰਬਰਦਾਰੀ ਮਾਲ ਵਿਭਾਗ ਦੇ ਅਫਸਰ ਵਿਭਾਗ ਕੇ ਪੈਨਲ ਮੀਟਿੰਗ ਹੋਈ ਸੀ ਸਾਡੀ ਵੀ ਹੋਰ ਜਿਹੜਾ ਮਾਣ ਭੱਤਾ ਜਾਂ ਸ਼ਿਕਾਇਤ ਨਿਵਾਰਨ ਕਮੇਟੀਆਂ ਟੋਲ ਟੈਕਸ ਆ ਬੱਸ ਪਾਸ ਆ ਜਿਹੜੇ ਸਾਡੇ ਤਹਿਸੀਲਾਂ ਦੇ ਵਿੱਚ ਬੈਠਣ ਲਈ ਨੰਬਰਦਾਰਾਂ ਨੂੰ ਕਮਰੇ ਆ ਵੀ ਸਾਰਾ ਅਸੀਂ ਕਰ ਰਹੇ ਹਾਂ ਪਰ ਉਹ ਸਾਡਾ ਉਸ ਸਮੇਂ ਮੁੱਖ ਮੰਤਰੀ ਸਾਹਿਬ ਬਦਲ ਕੇ ਉੱਥੇ ਹੀ ਰਹਿ ਗਿਆ ਜੀ ਉਸ ਤੋਂ ਬਾਅਦ ਵਿੱਚ ਸਰਦਾਰ ਚਰਨ ਸਿੰਘ ਚੰਨੀ ਇਹ ਪੰਜਾਬ ਦੇ ਨਵੇਂ ਮੁੱਖ ਮੰਤਰੀ ਮਿਲੇ ਬਣੇ ਆ ਜੀ ਇਹਨਾਂ ਨੂੰ ਵੀ ਅਸੀਂ ਤਕਰੀਬਨ 4 ਵਾਰ ਮਿਲ ਚੁੱਕੇ ਹਾਂ ਜੀ ਹੁਣ ਅਸੀਂ 19 ਤਰੀਕ ਨੂੰ 19 ਦਸੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਇੱਕ ਬੜਾ ਵੱਡਾ ਇਕੱਠ ਕੀਤਾ ਸੀ ਨੰਬਰਦਾਰਾਂ ਦਾ ਪਰਸੋਂ ਉਹਦੇ ਵਿੱਚ ਚਲੋ ਅੱਜ ਸਾਡੀ ਫਿਰ ਮੁੱਖ ਮੰਤਰੀ ਸਾਹਿਬ ਦੇ ਨਾਲ ਚਮਕੌਰ ਸਾਹਿਬ ਮੀਟਿੰਗ ਹੋਈ ਆ ਅੱਜ ਵੀ ਉਹਨਾਂ ਨੇ ਸਾਨੂੰ ਇਹੀ ਭਰੋਸਾ ਦਵਾਇਆ ਵੀ 23 ਤਰੀਕ ਨੂੰ ਸਾਡੀ ਕੈਬਨਿਟ ਦੀ ਮੀਟਿੰਗ ਆ ਉਹਦੇ ਵਿੱਚ ਜਿਹੜਾ ਸਾ
ਨੰਬਰਦਾਰੀ ਜਿਹੜੀ ਸਰਬਰਾਈ ਕਰਕੇ ਉਹਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਅੱਛਾ, ਜਿਸ ਢੰਗ ਦੇ ਨਾਲ ਤੁਸੀਂ ਕਿਹਾ ਕਿ 35,000 ਨੰਬਰਦਾਰ ਨੇ, ਕਿਉਂਕਿ ਕੋਈ ਵੋਟ ਬੈਂਕ ਵੀ ਤੁਹਾਡੇ ਨਾਲ, ਕੋਈ ਤਬਕਾ ਵੀ ਜੁੜਿਆ ਹੋਇਆ ਜਾਂ ਪਰਿਵਾਰ ਜੁੜੇ ਹੋਏ ਨੇ, ਕਿੰਨਾ ਕੁ ਅਸਰ ਪੈ ਸਕਦਾ ਰਾਜਨੀਤੀ 'ਤੇ? ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਦੇ ਇਸ ਤਰ੍ਹਾਂ ਕੀਤਾ ਕਿ ਕਿਸੇ ਇੱਕ ਪਾਰਟੀ ਨੂੰ ਤੁਸੀਂ ਸਮਰਥਨ ਦੇ ਦਿੱਤਾ ਹੋਵੇ ਕਿ ਸਾਰੇ ਨੰਬਰਦਾਰ ਇਸ ਪਾਰਟੀ ਦਾ ਸਮਰਥਨ ਕਰਨਗੇ? ਪਹਿਲੇ ਸਮੇਂ ਦੇ ਵਿੱਚ ਤਾਂ ਅਸੀਂ ਨਹੀਂ ਕੀਤਾ ਜੀ, ਪਰ ਹੁਣ ਸਾਡਾ ਪੂਰਾ ਮਨ ਬਣਿਆ ਵੀ ਜਿਹੜੀ ਅਸੀਂ ਵੋਟ ਤਾਕਤ ਆਪਦੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਦੱਸੀਏ, ਕਿਉਂਕਿ ਦੇਖੋ ਤਕਰੀਬਨ 35,000 ਨੰਬਰਦਾਰ ਪੰਜਾਬ ਦੇ ਵਿੱਚ ਨੇ, ਅਤੇ ਘੱਟ ਤੋਂ ਘੱਟ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ, ਜਿਵੇਂ 117 ਵਿਧਾਨ ਸਭਾ ਹਲਕੇ ਨੇ, ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 300 ਨੰਬਰਦਾਰ ਨੇ। ਜੇ ਆਪਾਂ ਇੱਕ ਨੰਬਰਦਾਰ ਕੋਲ ਵਿੱਧ ਪਰਿਵਾਰ 50 ਵੋਟਾਂ ਹੀ ਮੰਨੀਏ ਤਾਂ ਸਾਡੀ 15,000 ਵੋਟ ਜਿਹੜੀ ਇੱਕ ਹਲਕੇ ਦੇ ਵਿੱਚ ਬਣਦੀ ਹੈ। ਜਿੱਤ ਹਾਰ ਦਾ ਤੁਸੀਂ ਮਤਲਬ ਚੇਂਜ ਕਰ ਸਕਦੇ? ਬਿਲਕੁਲ ਜੀ, ਅਸੀਂ ਦੇਖੋ ਜ਼ਿਆਦਾ ਤੋਂ ਜ਼ਿਆਦਾ ਜਿਹੜੇ MLA ਵਿਧਾਨ ਸਭਾ ਹਲਕੇ ਹੁੰਦੇ ਨੇ, MLA ਦੀ ਜਿੱਤ 1,000, 1,500, 2,000, 4,000 'ਤੇ ਹੁੰਦੀ ਆ, ਅਤੇ ਸਾਡੀ ਤਾਂ ਤਕਰੀਬਨ 15,000 ਵੋਟ ਜਿਹੜੀ ਇੱਕ ਹਲਕੇ ਦੇ ਵਿੱਚ ਨੇ। ਅਤੇ ਅਸੀਂ ਪਰ ਤੁਹਾਡੀਆਂ ਵੀ ਜਥੇਬੰਦੀਆਂ ਕਈ ਨੇ ਨਾ, ਫਿਰ ਆਪਸ ਦੇ ਵਿੱਚ ਤੁਸੀਂ ਕਿਵੇਂ, ਤੁਹਾਡਾ ਆਪਸ ਦੇ ਵਿੱਚ ਪੂਰਾ ਸਮਰਥਨ ਆਪਸ ਦੇ ਵਿੱਚ ਤਾਲਮੇਲ ਹੋਏਗਾ ਕਿ ਨਹੀਂ ਹੋਏਗਾ? ਨਹੀਂ, ਬਿਲਕੁਲ ਸਾਡਾ ਤਾਲਮੇਲ ਹੋਊਗਾ ਜੀ। ਜੇ ਕਿਸਾਨ 30-32 ਜਥੇਬੰਦੀਆਂ ਸਾਡੀਆਂ ਕਿਸਾਨਾਂ ਦੀਆਂ ਭਰਾਵਾਂ ਦੀਆਂ ਇਕੱਠੀਆਂ ਹੋ ਸਕਦੀਆਂ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਜੀ? ਹੁਣ ਸਾਡਾ ਪੂਰਾ ਮਨ ਬਣਿਆ ਵੀ ਜੇ ਸਾਡਾ ਇਹ ਸਰਕਾਰ ਨੇ ਨਾ ਹੱਲ ਕੀਤਾ ਜੀ ਤਾਂ ਅਸੀਂ ਫਿਰ ਕੋਈ ਬੈਠ ਕੇ ਸਾਰੇ ਜਣ ਦੀ ਜਿਹੜੇ ਸਾਡੇ ਹੈਗੇ ਆ ਨੰਬਰਦਾਰ ਭਰਾ ਸਾਰੇ ਪੰਜਾਬ ਦੇ, ਅਸੀਂ ਬੈਠ ਕੇ ਕੋਈ ਫੈਸਲਾ ਕਰਾਂਗੇ ਜੀ ਵੀ ਅਸੀਂ ਕਿਸੇ ਇੱਕ ਪਾਰਟੀ ਨੂੰ, ਕਿਸੇ ਨੂੰ ਵੀ, ਚਾਹੇ ਹੁਣ ਸਾਡੀ ਇਹ ਹੱਲ ਕਰਦੀ ਆ, ਇਹ ਮੌਜੂਦਾ ਸਰਕਾਰ, ਅਸੀਂ ਇਹਨੂੰ ਵੀ ਸਮਰਥਨ ਦੇ ਸਕਦੇ ਹਾਂ, ਇਹ ਨਹੀਂ ਕਰਦੀ ਜਿਹੜੀਆਂ ਹੋਰ 2-3 ਪਾਰਟੀਆਂ ਨੇ, ਜਾਂ ਅਸੀਂ ਉਹਨਾਂ ਨੂੰ ਵੀ ਵਿਚਾਰ ਕਰ ਸਕਦੇ ਹਾਂ ਸਮਰਥਨ। ਅੱਛਾ, ਫਰੀਦਕੋਟ ਦੇ ਵਿੱਚ ਖਬਰ ਆਉਂਦੀ ਹੈ ਕਿ ਹੋਰ ਮਤਲਬ ਪ੍ਰਵਾਸੀ ਮਜ਼ਦੂਰ ਕਹਿ ਲਈਏ ਜਾਂ ਪੰਜਾਬ ਤੋਂ ਬਾਹਰਲਾ ਬੰਦਾ ਨੰਬਰਦਾਰ ਬਣ ਗਿਆ, ਇਹ ਕਿਵੇਂ ਪੋਸੀਬਲ ਹੋ ਗਿਆ? ਇਹ ਅਸੀਂ ਇਹਦੀ ਨਿਖੇਧੀ ਕੀਤੀ ਸੀ, ਉਸ ਟਾਈਮ ਵੀ ਅਸੀਂ ਇਹਦੀ ਵਿਰੋਧਤਾ ਕੀਤੀ ਸੀਗੀ ਜੀ। ਕੁਝ ਸਿਆਸੀ ਲੋਕ ਆ ਜੀ ਜੋ ਆਪਣਾ ਵੋਟ ਬੈਂਕ ਪੱਕਾ ਕਰ ਲਈ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਬਣਾ ਦਿੰਦੇ, ਉਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਜੱਦੀ ਪੁਸ਼ਤੀ ਹੋਣਾ ਚਾਹੀਦਾ, ਜਿਨ੍ਹਾਂ ਨੂੰ ਨੰਬਰਦਾਰੀ ਬਾਰੇ ABC ਪਤਾ ਨਹੀਂ ਗਾ ਜੀ। ਜਦੋਂ ਉਹ ਬੰਦੇ ਨੰਬਰਦਾਰ ਬਣ ਜਾਂਦੇ ਆ ਜੀ, ਉਹ ਫਿਰ ਕਰਪਸ਼ਨ ਵੀ ਕਰਦੇ ਆ, ਕਈ ਤਰ੍ਹਾਂ ਦੇ ਗਲਤ ਕੰਮ ਵੀ ਕਰਦੇ, ਉਹਦੇ ਕਰਕੇ ਸਾਡਾ ਜਿਹੜਾ ਸਮੁੱਚਾ ਨੰਬਰਦਾਰ ਭਾਈਚਾਰਾ ਉਹ ਬਦਨਾਮ ਹੁੰਦਾ, ਇਹ ਨਹੀਂ ਹੋਣਾ ਚਾਹੀਦਾ ਜੀ। ਪਰ ਕੁਝ ਲੋਕਾਂ ਨੇ ਤਾਂ ਨੰਬਰਦਾਰੀ ਨੂੰ ਧੰਦਾ ਵੀ ਬਣਾ ਲਿਆ ਨਾ। ਨਹੀਂ, ਮੈਂ ਪਹਿਲਾਂ ਵੀ ਤੁਹਾਨੂੰ ਉਹੀ ਬੇਨਤੀ ਕੀਤੀ ਆ, ਦੱਸਿਆ ਵੀ ਇਹ ਨਹੀਂ ਹੋਣਾ ਚਾਹੀਦਾ ਜੀ, ਜੋ ਨੰਬਰਦਾਰੀ ਦਾ ਪੈਸਾ ਲੈ ਰਹੇ ਨੇ ਉਹ ਨਹੀਂ ਲੈਣਾ ਚਾਹੀਦਾ, ਕਿਉਂਕਿ ਅਸੀਂ ਪਿੰਡਾਂ ਦੇ ਮੋਹਤਵਾਰਾਂ, ਸਾਨੂੰ ਪਰਮਾਤਮਾ ਲਈਓਂ ਅਪਾਰ ਕਿਰਪਾ ਹੋਈ ਆ ਵੀ ਅਸੀਂ ਸਦਾ ਲਈ ਨੰਬਰਦਾਰ ਹਾਂ। ਜਦੋਂ ਅਸੀਂ ਪੰਜ ਸਰਪੰਚ ਬਣਦੇ ਹਾਂ, ਕਿੰਨਾ ਖਰਚਾ ਕਰਦੇ ਹਾਂ ਪਬਲਿਕ ਦੇ ਜਾ ਕੇ, ਕਿੰਨੀਆਂ ਮਿਹਨਤਾਂ ਕਰਦੇ ਹਾਂ, ਫਿਰ ਵੀ ਅਸੀਂ 5 ਸਾਲ ਬਾਅਦ ਫਿਰ ਬਦਲ ਜਾਣਾ, ਅਤੇ ਜਿਹੜੀ ਸਾਡੀ ਨੰਬਰਦਾਰੀ ਆ ਉਹ ਤਾਂ ਜਿੰਨਾ ਟਾਈਮ ਸਾਡੇ ਸਵਾਸ ਚੱਲਦੇ ਉਨਾ ਟਾਈਮ ਆ, ਵੀ ਇਹ ਨਹੀਂ ਹੋਣਾ ਚਾਹੀਦਾ। ਅੱਛਾ, ਪਿਛਲੇ ਸਮੇਂ ਦੇ ਵਿੱਚ ਕੰਮ ਜਿਹੜੇ ਨੇ ਘਟੇ ਵਧੇ ਨੇ ਨੰਬਰਦਾਰਾਂ ਕੋਲ, ਕੋਈ ਜਿਹੜਾ ਸਰਕਾਰ ਨੇ ਵੱਧ ਦਿੱਤਾ ਹੋਵੇ ਵੀ ਇਹ ਵੀ ਅਧਿਕਾਰ ਦੇ ਦਿੱਤਾ, ਜਾਂ ਕੋਈ ਵਾਪਸ ਵੀ ਲਏ ਨੇ, ਜਾਂ ਕਿਹੜੇ ਕਿਹੜੇ ਕੰਮ ਕਰ ਸਕਦੇ ਹੋ ਹੁਣ ਤੁਸੀਂ? ਨਹੀਂ, ਜਿਹੜਾ ਨੰਬਰਦਾਰ ਆ ਦੇਖੋ ਜੀ, ਪਾਸਪੋਰਟ ਦੀ PCC ਤੋਂ ਲੈ ਕੇ, ਚਾਹੇ ਕੋਰਟ ਮੈਰਿਜ ਹੋਵੇ, ਚਾਹੇ ਰੈਜੀਡੈਂਸ ਸਰਟੀਫਿਕੇਟ ਹੋਣ ਜੀ, ਜਾਂ ਕੋਈ ਜ਼ਮੀਨ ਦੀ ਕੋਈ ਰਜਿਸਟਰੀ ਹੁੰਦੀ ਆ ਜੀ, ਉਹਦਾ ਬੜੇ ਤਰ੍ਹਾਂ ਦੇ ਨੰਬਰਦਾਰਾਂ ਦੇ ਜਿਹੜੇ ਕੰਮ ਨੇ ਜੀ। ਪਰ ਸਰਕਾਰ ਫਿਰ ਵੀ ਅੰਦਰ ਖਾਤੇ ਲੱਗੀ ਹੋਈ ਹੈ ਜਿਹੜਾ ਨੰਬਰਦਾਰ ਦਾ ਅਧਿਕਾਰ ਖੇਤਰ ਆ, ਵੀ ਇਹਨੂੰ ਘੱਟ ਕਰ ਦਿੱਤਾ ਜਾਵੇ ਜੀ। ਉਸ ਕਰਕੇ ਜਿਹੜਾ ਸਾਡੀ ਹੁਣ ਜਥੇਬੰਦੀ ਨੇ ਬੜੇ ਜਾਂਦੀ ਸਖ਼ਤ ਰੁੱਖ ਸਾਡਾ ਅਪਣਾਇਆ ਹੋਇਆ ਜੀ, ਅਸੀਂ ਹਰ ਰੋਜ਼ ਮੀਟਿੰਗਾਂ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ, ਇਸੇ ਕਰਕੇ ਅਸੀਂ ਲੱਗੇ ਹੋਏ ਹਾਂ ਜੀ ਵੀ ਅਸੀਂ ਇਹ ਹੋਣ ਨਹੀਂ ਦੇਵਾਂਗੇ ਜੀ। ਠੀਕ ਹੈ, ਜੇ ਕੋਈ ਤੁਹਾਡੇ ਆਪਸੀ ਭਾਈਚਾਰੇ ਦੇ ਵਿੱਚ ਕੋਈ ਤੁਹਾਡੇ ਹੀ ਨੰਬਰਦਾਰ ਦੀ ਕੋਈ ਵਿਅਕਤੀ ਸ਼ਿਕਾਇਤ ਕਰਦਾ, ਫਿਰ ਤੁਸੀਂ ਕੋਈ ਕਾਰਵਾਈ ਜਥੇਬੰਦੀ ਦੇ ਤੌਰ 'ਤੇ ਕਰਦੇ ਹੋ ਕੋਈ? ਨਹੀਂ, ਦੇਖੋ ਜੇ ਸਾਡਾ ਬੰਦਾ ਕੋਈ ਗਲਤ ਆ ਤਾਂ ਉਹਦੀ ਅਸੀਂ ਬਿਲਕੁਲ ਮਦਦ ਨਹੀਂ ਕਰਦੇ ਜੀ। ਪਰ ਸਾਡੇ ਜਿਹੜੇ ਨੰਬਰਦਾਰ ਨੇ ਪਿੰਡਾਂ ਦੇ ਬੜੇ ਹੁਣ ਸਮਝਦਾਰ ਨੇ, ਖਾਸ ਕਰਕੇ ਹੁਣ ਤਾਂ ਬਹੁਤ ਜੰਗ ਜਿਹੜੇ ਮੁੰਡੇ ਨੇ ਨੰਬਰਦਾਰ ਬਣ ਗਏ ਪਿਛਲੇ 8-10 ਸਾਲਾਂ ਦੇ ਵਿੱਚ, ਪੜ੍ਹੇ ਲਿਖੇ ਨੇ, ਸਮਝਦਾਰ ਨੇ, ਸਾਨੂੰ ਅੱਜ ਤੱਕ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਵੀ ਸਾਡੇ ਕਿਸੇ ਨੰਬਰਦਾਰ ਭਰਾ ਨੇ ਗਲਤ ਕੰਮ ਕੀਤਾ ਹੋਵੇ ਜਿਹਦਾ ਕਰਕੇ ਸਾਡੇ ਜਥੇਬੰਦੀ ਦਾ ਜਾਂ ਸਾਡੇ ਸਮੁੱਚੇ ਜਿਹੜਾ ਨੰਬਰਦਾਰ ਆ ਭਾਈਚਾਰਾ ਵੀ ਉਹਦਾ ਜਿਹੜਾ ਸਿਰ ਚੁੱਕਿਆ ਹੋਵੇ। ਸਾਡੇ ਜਿਹੜੇ ਨੰਬਰਦਾਰ ਨੇ ਬੜੇ ਸਮਝਦਾਰ ਨੇ ਜੀ। ਹੁਣ ਡਰਦੇ ਤਾਂ ਨਹੀਂ ਲੋਕ ਵੀ ਸਵੇਰੇ ਸਵੇਰੇ ਨੰਬਰਦਾਰ ਮੱਥੇ ਨਾਲ ਲੱਗ ਜਾਵੇ? ਨਹੀਂ ਜੀ, ਉਹ ਤਾਂ ਪਹਿਲਾਂ ਦੀਆਂ ਗੱਲਾਂ ਜੀ, ਉਸ ਸਮੇਂ ਚਲੋ ਇਹ ਦੱਸਿਆ, ਪਰ ਉਸ ਸਮੇਂ ਹੋਰ ਵੀ ਮਾਣ ਸਤਿਕਾਰ ਹੁੰਦਾ ਸੀ, ਜਿਵੇਂ ਆਪਣੇ ਪਿੰਡਾਂ ਦੇ ਵਿੱਚ, ਸਮਾਜ ਦੇ ਵਿੱਚ, ਖਾਸ ਕਰਕੇ ਜਿਹੜਾ ਪੇਂਡੂ ਕਲਚਰ ਆ ਉਹਦੇ ਵਿੱਚ ਜਦੋਂ ਕੋਈ ਖੁਸ਼ੀ ਗਮੀ ਹੁੰਦੀ ਸੀ ਨੰਬਰਦਾਰ ਨੂੰ ਅੱਗੇ ਰੱਖਿਆ ਜਾਂਦਾ ਸੀ। ਹੁਣ ਵੀ ਚੱਲ ਰਿਹਾ ਕਈਆਂ ਜ਼ਿਲ੍ਹਿਆਂ ਦੇ ਵਿੱਚ ਜੀ, ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਇੱਕ ਵਿਆਹ ਵਾਲੇ ਲੜਕੀ ਵਾਲੇ ਘਰ ਲਈਓਂ ਲੜਕੇ ਪਰਿਵਾਰ ਨੂੰ ਇੱਕ ਸਾਹੇ ਚਿੱਠੀ ਭੇਜੀ ਜਾਂਦੀ ਸੀ, ਜਿਹਦੇ ਵਿੱਚ ਨੰਬਰਦਾਰ ਦਾ ਜਿਹੜਾ ਮਾਣ ਸਤਿਕਾਰ ਦੇ ਉੱਪਰ ਉਹਦੇ ਸਾਈਨ ਕਰਾ ਕੇ ਮੋਹਰ ਲਵਾ ਕੇ ਸਾਹੇ ਚਿੱਠੀ 'ਤੇ ਭੇਜੀ ਜਾਂਦੀ ਸੀ। ਪਿੰਡਾਂ ਦੇ ਵਿੱਚ ਮੋਹਤਬਰ ਜਿਹੜੇ ਸੀਗੇ, ਚਾਹੇ ਪੰਚ ਸਰਪੰਚ ਆ ਚਾਹੇ ਨੰਬਰਦਾਰ, ਉਹਨੂੰ ਮੋਹਤਬਰ ਹੁਣ ਵੀ ਸਮਝਿਆ ਜਾਂਦਾ ਜੇ ਕੋਈ ਪੁਲਿਸ ਜਾਣੀ ਹੈ ਜਾਂ ਕੋਈ ਬਾਹਰਲੇ ਬੰਦੇ ਨੇ ਜਾਣਾ ਜਾਂ ਕੋਈ ਗੱਲਬਾਤ ਹੋਣੀ ਹੈ ਜਾਂ ਕੋਈ ਕਿਸੇ ਦਾ ਝਗੜਾ ਹੋ ਗਿਆ ਜਾਂ ਚਾਹੇ ਮੈਟ੍ਰੀਮੋਨੀਅਲ ਜਿਹੜੇ ਪਰਿਵਾਰਾਂ ਦੇ ਕਈ ਵਾਰ ਮਸਲੇ ਹੋ ਜਾਂਦੇ ਆ, ਫਿਰ ਉਹ ਨੰਬਰਦਾਰਾਂ ਨੂੰ ਵਿੱਚ ਬਿਠਾਇਆ ਜਾਂਦਾ ਜਾਂ ਉਹ ਤੱਕ ਪਹੁੰਚ ਕੀਤੀ ਜਾਂਦੀ, ਸਾਂਝੇ ਬੰਦੇ ਦੇ ਰੂਪ 'ਚ ਦੇਖਿਆ ਜਾਂਦਾ ਉਹਨੂੰ? ਬਿਲਕੁਲ ਬਿਠਾਇਆ ਜਾਂਦਾ ਜੀ। ਬਾਕੀ ਜਿਹੜੀ ਗੱਲ ਹੈਗੀ ਆ ਵੀ ਦੇਖੋ ਸਾਡਾ
ਤੇ ਇਸੇ ਤਰ੍ਹਾਂ ਨੰਬਰਦਾਰ ਦਾ ਬੜਾ ਸਮਾਜ ਦੇ ਵਿੱਚ ਰੁਤਬਾ ਇਹੋ ਜੀ ਕੋਈ ਗੱਲ ਨਹੀਂ ਹੈਗਾ ਜੀ। ਚਲੋ ਰੁਤਬਾ ਤੁਹਾਡਾ ਬਰਕਰਾਰ ਰਹੇ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਪਰਮਿੰਦਰ ਸਿੰਘ ਗਾਲਿਬ ਹੋਰੀ ਪ੍ਰਧਾਨ ਨੇ ਨੰਬਰਦਾਰ ਯੂਨੀਅਨ ਪੰਜਾਬ ਦੇ ਤਾਂ ਗੱਲਬਾਤ ਕੀਤੀ, ਇਹਨਾਂ ਦੇ ਵੀ ਕਈ ਮੰਗਾਂ ਨੇ। ਇੱਕ ਤਾਂ ਮਾਣ ਭੱਤਾ ਬਹੁਤ ਘੱਟ ਹੈਗਾ, 1500 ਰੁਪਇਆ, ਸਰਕਾਰ ਨੂੰ ਇਹ ਅਪੀਲ ਕਰ ਰਹੇ ਨੇ ਕਿ ਮਾਣ ਭੱਤਾ ਵਧਾਇਆ ਜਾਵੇ। ਦੂਜਾ ਇਹ ਵੀ ਹੈ ਕਿ ਜਿਹੜੀ ਨੰਬਰਦਾਰੀ ਜੱਦੀ ਪੁਸ਼ਤੀ ਹੋਵੇ, ਇਹਨਾਂ ਦੀ ਮੰਗ ਹੈ, ਸਰਕਾਰ ਦੇਖਦੇ ਕਦੋਂ ਮੰਨਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।